ਜੰਗੀ ਆਜ਼ਾਦੀ ਦੇ ਅਸਬਾਬ ਲੋਕਾਂ ਪਰਜੂਏ ਹੁਕਮਰਾਨਾਂ ਨੂੰ ਇਸ ਪਾਕ ਧਰਤੀ ਤੋਂ ਕੱਢਣ ਲਈ ਪਹਿਲੀ ਵਾਰੀ ਇੱਕ ਅਮਲੀ ਕਦਮ ਚਾਇਆ। ਇਸ ਇਲਾਕੇ ਦੇ ਸਾਰੇ ਵਾਸੂ ਇੱਕ ਥਾਰੇ ਇਕੱਠੇ ਹੋ ਗਏ। ਦੇਸੀ ਫੌਜੀਆਂ ਵੀ ਇਸ ਜੰਗ ਵਿੱਚ ਮੁਜਾਹਿਦਾਂ ਦੇ ਨਾਲ ਰਲ ਕੇ ਲੜਨ ਦਾ ਫੈਸਲਾ ਕੀਤਾ। ਹਿੰਦੂ ਅਤੇ ਮੁਸਲਿਮ ਦਾ ਫਰਕ ਵੀ ਨਾ ਰਿਹਾ। ਇੱਥੋਂ ਦੇ ਲੋਕ ਸਿਰਾਂ 'ਤੇ ਕਫਨ ਬੰਨ੍ਹ ਕੇ ਮੈਦਾਨ ਵਿੱਚ ਆ ਗਏ। ਬੱਚੇ ਜਾਨ ਦੀ ਬਾਜ਼ੀ ਲਾ ਛੱਡੀ, ਖੂਨ ਦੀਆਂ ਨਦੀਆਂ ਚੱਲ ਪਈਆਂ। ਅੰਗਰੇਜ਼ਾਂ ਇਸ ਜੰਗੀ ਆਜ਼ਾਦੀ ਨੂੰ ਗਦਰ ਦਾ ਨਾਂ ਦਿੱਤਾ। ਇਸ ਪਾਕ ਅਤੇ ਮੁਕੱਦਸ ਲੜਾਈ ਨੂੰ ਗਦਰ ਦਾ ਨਾਂ ਦੇਵਣਾ ਆਜ਼ਾਦੀ ਅਤੇ ਇਨਕਲਾਬ ਦੀ ਤੁਹੀਨ ਹੈ। ਇਹ ਜੰਗ ਇੱਕ ਬੜੇ ਵੱਡੇ ਮਕਸਦ ਲਈ ਲੜੀ ਗਈ। ਇਸ ਜੰਗ ਵਿੱਚ ਸ਼ਾਮਿਲ ਹੋਣ ਵਾਲਾ ਇੱਕ ਬੰਦਾ ਵੀ ਆਪਣੇ ਜ਼ਾਤੀ ਮਕਸਦ ਲਈ ਨਹੀਂ ਲੜਿਆ। ਉਹ ਸਾਰੇ ਇੱਕ ਸਾਂਝੇ ਫਾਇਦੇ ਅਤੇ ਮਤਲਬ ਲਈ ਮੈਦਾਨ ਵਿੱਚ ਆਏ। ਉਹਨਾਂ ਦੇ ਸਾਹਮਣੇ ਮੁਲਕ ਅਤੇ ਕੌਮ ਦਾ ਮਫਾਦ ਅਤੇ ਬਿਹਤਰੀ ਆਈ। ਇਹਨਾਂ ਮਕਸਦਾਂ ਲਈ ਉਹਨਾਂ ਪਰਾਏ ਹੁਕਮਰਾਨਾਂ ਦੇ ਖਿਲਾਫ ਮਨਸੂਬੇ ਬਣਾਏ। ਇੱਥੇ ਇੱਕ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਜ਼ਿਲ੍ਹਾ ਸਾਹੀਵਾਲ ਵਿੱਚ ਜਿਨ੍ਹਾਂ ਲੋਕਾਂ ਆਜ਼ਾਦੀ ਦਾ ਝੰਡਾ ਬੁਲੰਦ ਕੀਤਾ, ਨਾ ਤਾਂ ਉਹਨਾਂ ਦੀ ਬਾਦਸ਼ਾਹੀ ਖੁਸ਼ੀ ਆਈ ਅਤੇ ਨਾ ਹੀ ਰਿਆਸਤਾਂ ਅਤੇ ਜਾਗੀਰਾਂ ਖੁਸ਼ੀਆਂ। ਉਹ ਅਣਖੀ ਲੋਕ ਅੰਗਰੇਜ਼ਾਂ ਦੇ ਗੁਲਾਮੀ ਦਾ ਗਲਾਵਾਂ ਆਪਣੇ ਗਲ ਵਿੱਚ ਪਾਵਣ ਤੋਂ ਨਾਭੇ ਰਹਿਣ। ਇਸੇ ਪਾਰੋਂ ਇਹ ਨਾਇਥੇ ਲੋਕ 8 ਮਹੀਨੇ ਲਗਾਤਾਰ ਅੰਗਰੇਜ਼ਾਂ ਨਾਲ ਲੜਦੇ ਰਹੇ। ਇੱਥੋਂ ਦੇ ਵਸਨੀਕਾਂ ਨੂੰ ਆਪਣੀ ਸਕਾਫਤ, ਰਵਾਇਤ ਅਤੇ ਤਹਿਜ਼ੀਬ ਬੜੀ ਪਿਆਰੀ ਆਈ। ਜਦੋਂ ਅੰਗਰੇਜ਼ਾਂ ਇੱਥੇ ਕਦਮ ਰੱਖੇ ਤਾਂ ਉਹਨਾਂ ਆਪਣੀ ਤਹਿਜ਼ੀਬ ਅਤੇ ਰਸਮੋ ਰਿਵਾਜ ਦੇ ਆਮ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਇਹਦੇ ਪਾਰੋਂ ਇੱਥੋਂ ਦੇ ਅਣਖੀ ਲੋਕ ਬਹੁਤ ਮੁਤਰਫਰ ਹੋ ਗਏ। ਉਹਨਾਂ ਦੇ ਦਿਲਾਂ ਵਿੱਚ ਇਹ ਡਰ ਪੈ ਗਿਆ ਕਿ ਅੰਗਰੇਜ਼ ਇੰਝ ਹਮੇਸ਼ਾ ਲਈ ਲੋਕਾਂ ਨੂੰ ਗੁਲਾਮ ਬਣਾਉਣਾ ਚਾਹੁੰਦੇ ਨੇ। ਇਸ ਗੱਲ 'ਤੇ ਸਾਰੇ ਲੋਕਾਂ ਦੇ ਦਿਲਾਂ ਵਿੱਚ ਅੰਗਰੇਜ਼ਾਂ ਦੇ ਖਿਲਾਫ ਗੱਟ ਵੱਜ ਗਏ ਅਤੇ ਸਾਰੇ ਲੋਕ ਇੱਕ ਮੁੱਠ ਹੋ ਕੇ ਆਪਣੇ ਪਿਓ ਦਾਦੇ ਦੇ ਤਹਿਜ਼ੀਬੀ ਵਿਰਸੇ ਅਤੇ ਖੁਦਾ ਦੇ ਰਸੂਲ ਦੇ ਦੀਨ ਨੂੰ ਬਚਾਉਣ ਲਈ ਉੱਠ ਖੜੋਤੇ। ਹੁਣ ਉਹ ਖੁੱਲ੍ਹ ਮਖੁੱਲਾ ਅੰਗਰੇਜ਼ਾਂ ਦੇ ਖਿਲਾਫ ਨਫ਼ਰਤ ਦਾ ਇਜ਼ਹਾਰ ਕਰਨ ਲੱਗ ਪਏ। ਭਾਵੇਂ ਕੁਝ ਜ਼ਮੀਰ ਵਿੱਚ ਬੰਦੇ ਅੰਗਰੇਜ਼ਾਂ ਦੇ ਹੱਥੀਂ ਵਿਕ ਗਏ, ਪਰ ਲੋਕਾਂ ਦੀ ਇਸ ਤਹਿਰੀਕ 'ਤੇ ਉਹਨਾਂ ਦਾ ਕੋਈ ਅਸਰ ਨਾ ਪਿਆ। ਲੋਕ ਆਪਦੇ ਇਸ ਦੀਨੀ ਅਤੇ ਤਹਿਜ਼ੀਬੀ ਪਰਜੂਏ ਦੁਸ਼ਮਣ ਦੇ ਮੁਕਾਬਲੇ ਵਿੱਚ ਆ ਗਏ। ਇੱਥੋਂ ਦੇ ਲੋਕ ਪਿਛਲੀਆਂ ਸਦੀਆਂ ਤੋਂ ਆਪਣੀ ਨੀਂਦਰੇ ਸੌਂਦੇ ਅਤੇ ਆਪਣੀ ਨੀਂਦਰੇ ਉਠੀਂਦੇ ਲਗੇ ਆਉਂਦੇ ਹਨ। ਉਹ ਆਪਣੇ ਇਲਾਕੇ ਵਿੱਚ ਆਪ ਬਾਦਸ਼ਾਹ ਹਨ। ਉਹ ਹੁਣ ਕਿਸੇ ਬਾਹਰਲੀ ਹਕੂਮਤ ਦੇ ਗੁਲਾਮ ਬਣ ਕੇ ਕਿਵੇਂ ਰਹਿ ਸਕਦੇ ਹਨ?